ਵੀਡੀਓ ਦੇ ਵਿੱਚ ਆਪਾਂ ਚੜਤਕਤੇ ਤੇ ਬੈਠਾ ਨਾਦਰ ਸ਼ਾਹ ਕਵਤਾ ਦਾ ਵਿਸ਼ਾ ਵਸਤੂ ਪੜ੍ਹਾਂਗੇ ਚੜਤਕਤੇ ਤੇ ਬੈਠਾ ਨਾਦਰ ਸ਼ਾਹ ਕਵਤਾ ਨਾਬਤ ਹੀ ਪ੍ਰਸਿੱਧ ਰਚਨਾ ਨਾਦਰ ਸ਼ਾਹੀ ਵਾਰ ਦਾ ਇੱਕ ਹੰਸ਼ ਹੈ ਇਸ ਸਾਰ ਵਿੱਚ ਕਵੀ ਨੇ ইরਾਨੀ ਹਮਲਾਵਰ ਨਾਦਰ ਸ਼ਾਹੀ ਭਾਰਤ ਉੱਪਰ ਚੜ੍ਹਾਈ ਤੇ ਉਸ ਦੁਆਰਾ ਪ੍ਰਾਪਤ ਕੀਤੀ ਫਤਿਹ ਨੂੰ ਬਿਆਨ ਕੀਤਾ ਹੈ ਇਸ ਕਾਵਿਸ਼ ਵਿੱਚ ਕਵੀ ਨੇ ਨਾਦਰ ਸ਼ਾਹੀ ਵਧਰੇ ਸ਼ਕਤੀ ਤੇ ਉਸ ਦੁਆਰਾ ਹਿੰਦੂਸਤਾਨ ਨੂੰ ਫਤਿਹ ਕਰਨ ਦਾ ਐਲਾਨ ਕਰਨ ਦਾ ਜ਼ਿਕਰ ਕੀਤਾ ਹੈ ਕਬੀ ਲਿਖਦਾ ਹੈ ਕਿ ਨਾਦਰ ਸ਼ਾਹ ਇਰਾਨ ਦੇ ਤਖਤੇ ਬੈਠਾ ਸੀ ਅਤੇ ਉਸ ਦਾ ਰਾਜ ਦਾ ਸਿੱਕਾ ਚੱਲ ਰਿਹਾ ਸੀ ਦੂਰ ਤੇ ਰੇੜੇ ਦੇ ਸਾਰੇ ਦੇਸ਼ਾਂ ਨੇ ਉਸ ਦੀ ਇਨ ਮੰਨ ਲਈ ਸੀ ਉਸ ਨੇ ਸਾਰੇ ਅਮੀਰ ਵਜ਼ੀਰ ਸਦਕੇ ਬਿਠਾ ਲਏ ਤੇ ਸਾਰੇ ਸਲਾਹਾਂ ਕਰਨ ਲੱਗੇ ਨਾਦਰ ਸ਼ਾਹ ਨੂੰ ਆਖ ਰਿਹਾ ਸੀ ਕਿ ਮੁਗਲਾਂ ਦੇ ਵਡੇਰੇ ਤੈਮੂਰ ਨੇ ਉਸ ਦੀ ਜੋ ਬੇਇੱਜ਼ਤੀ ਕੀਤੀ ਸੀ ਉਸ ਦਾ ਅਹਿਸਾਸ ਉਸ ਨੂੰ ਬਹੁਤ ਦੁਖੀ ਕਰ ਰਿਹਾ ਹੈ ਇਸ ਦਾ ਬਦਲਾ ਲੈਣ ਲਈ ਉਹ ਦਿੱਲੀ ਉੱਤੇ ਗਰਜਦਾ ਹੋਇਆ ਚੜ੍ਹਾਈ ਕਰੇਗਾ ਤੇ ਦੁਸ਼ਮਣਾਂ ਨੂੰ ਮਾਰ ਕੇ ਫਤਿਹ ਪ੍ਰਾਪਤ ਕਰੇਗਾ ਇਹ ਫੈਸਲਾ ਕਰਕੇ ਨਾਦਰ ਸ਼ਾਹ ਨੇ ਖੂਬ ਟੋਲ ਟਮੱਕੇ ਵਜਾ ਕੇ ਇਸ ਵਾਰ ਤਾਂ ਕੁਝ ਕੀਤਾ ਉਸ ਨੇ ਆਪਣੀ ਫੌਜ ਵਿੱਚ ਪਹਿਲੇ ਦਰਜੇ ਦੇ ਤਕੜੇ ਤਕੜੇ ਪਹਿਲਵਾਨ ਭਰਤੀ ਕੀਤੇ ਹੋਏ ਸਨ ਜਿਨ੍ਹਾਂ ਵਿੱਚ ਈਸਾਈ ਮਜੂਫੀ ਤੇ ਯਹੂਦੀ ਗੁੰਡੇ ਵੀ ਸ਼ਾਮਲ ਸਨ ਅਤੇ ਬੱਦੂ ਗੁਰਜੀ ਤੇ ਪੱਕੇ ਕਾਫਰ ਖਾਰਜੀ ਵੀ ਇਹਨਾਂ ਤੋਂ ਇਲਾਵਾ ਮਰਵਾਣੀ ਸ਼ਾਮਲ ਸਨ ਜੋ ਕਤਲ ਕਰਨ ਵਿੱਚ ਬੜੇ ਨਿਪੁੰਨ ਸਨ ਇਹਨਾਂ ਵਿੱਚ ਉਜ਼ਬੇਕਿਸਤਾਨ ਦੇ ਮੁਗਲ ਵੀ ਸਨ ਇਹਨਾਂ ਦੇ ਨੱਕ ਫਿੰਨੇ ਸਿਰ ਤੋੜੀਆਂ ਵਰਗੇ ਵੱਡੇ-ਵੱਡੇ ਤੇ ਢਿੱਡ ਢੋਲਾ ਵਾਂਗ ਗਦੇ ਹੋਏ ਸਨ ਉਹ 10-10 ਸਕੇ ਭਰਾ ਇੱਕ ਪਤਨੀ ਹੀ ਰੱਖਦੇ ਸਨ ਇਸ ਫੌਜ ਦੀ ਚੜਾਈ ਨਾਲ ਕਿਲੇ ਕੰਬੂਠੇ ਤੇ ਡਰ ਨਾਲ ਦਰਿਆਵਾਂ ਦਾ ਪਾਣੀ ਸੁੱਕ ਗਿਆ ਇਹਨਾਂ ਨੇ ਈਰਾਨ ਤੁਰਾਨ ਤੇ ਇਸਫਾਨ ਦੇ ਸਭ ਇਲਾਕਿਆਂ ਦੀ ਪੈਦਾਵਾਰ ਤਬਾਹ ਕਰ ਦਿੱਤੀ ਇਹ ਰਾਤ ਨੂੰ ਪੈਰਾ ਦਿੰਦੇ ਸਨ ਤੇ ਦਿਨੇ ਲੰਮਾ ਪੈਡਾ ਮਾਰ ਕੇ ਬਹੁਤ ਅੱਗੇ ਤੱਕ ਨਿਕਲ ਜਾਂਦੇ ਸਨ ਜਦੋਂ ਇਹਨਾਂ ਨੇ ਕੰਦਾਰ ਦੇ ਕੋਲ ਆ ਕੇ ਡੇਰੇ ਲਾਇਆ ਤਾਂ ਬੜੀ ਲੁੱਟ ਮਾਰ ਮਚਾਈ ਉਸ ਦਿਨ ਦੱਖਣ ਤੇ ਪੂਰਬ ਇਹਨਾਂ ਦੀ ਚੜ੍ਹਾਈ ਦੀ ਖਬਰ ਸੁਣ ਕੇ ਕੰਬ ਉਠਿਆ ਇਸ ਦੀਆਂ ਖਬਰਾਂ ਤੂਰ ਮੱਕੇ ਵੀ ਜਾ ਪਹੁੰਚੀਆਂ